ਘਰ ਹੈ ਗੰਗੂ ਬ੍ਰਾਹਮਣ ਦਾ, ਇਸ ਦੀ ਜਿਹੜੀ ਅੱਗੇ ਵਾਲੀ ਕੰਧ ਹੈ ਉਹ ਤਾਂ ਰਿਪੇਅਰ ਕਰ ਦਿੱਤੀ ਗਈ ਹੈ। ਜਿਹੜੀ ਪੁਰਾਣੀ ਕੰਧ ਹੈ ਤੁਸੀਂ ਦੇਖ ਰਹੇ ਹੋ, ਇਹ ਪੁਰਾਣੀ ਕੰਧ ਹੈ। ਸਰਦਾਰ ਸਿੰਘ ਬਹਾਦਰ ਸਰਹੰਦ ਦਾ ਸੁਆਗਾ ਪੇ ਰਿਹਾ, ਉਹਨਾਂ ਨੇ ਇੱਟ ਦੀ ਇੱਟ ਖੜਕਾਈ ਹੈ। ਉਸ ਟਾਈਮ ਡਰਦੀ ਇਸ ਪਿੰਡ ਦੇ ਲੋਕ ਚਲੇ ਗਏ, ਛੱਡ ਕੇ ਖਾਲੀ ਕਰ ਗਏ ਉਸ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਅੱਜ ਆਏ ਹਾਂ ਗੰਗੂ ਬ੍ਰਾਹਮਣ ਦੇ ਘਰ, ਜਿੱਥੇ ਮਾਤਾ ਗੁਜਰੀ ਸੀ ਅਤੇ ਛੋਟੇ ਸਾਹਿਬਜ਼ਾਦੇ ਇੱਕ ਰਾਤ ਅੱਟ ਗਏ ਸੀ ਗੰਗੂ ਪਾਪੀ ਦੇ ਘਰ। ਅੱਜ ਵੀ ਇੱਥੇ ਉਹ ਘਰ ਮੌਜੂਦ ਹੈ, ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਉਸ ਘਰ ਦੇ। ਆ ਜਾਓ ਚੱਲਦੇ ਹਾਂ। ਹਾਂਜੀ, ਮੇਰੇ ਨਾਲ ਜੱਸਾ ਵਿਆਹਣਾ, ਅਤੇ ਅਸੀਂ ਪਹੁੰਚ ਗਏ ਹਾਂ ਗੰਗੂ ਬ੍ਰਾਹਮਣ ਦੇ ਘਰ। ਅੱਠ ਪੋਹ ਨੂੰ ਜਦੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਕੁੰਮਾ ਮਾਸ਼ਕੀ ਦੀ ਛੰਨ ਵਿੱਚ ਸੀ, ਤਾਂ ਉੱਥੋਂ ਗੰਗੂ ਬ੍ਰਾਹਮਣ ਉਹਨਾਂ ਨੂੰ ਲੈ ਆਇਆ ਸੀ ਇਸ ਜਗ੍ਹਾ 'ਤੇ। ਇਹ ਹੈ ਜੀ ਉਹ ਘਰ ਜਿੱਥੇ ਗੰਗੂ ਪਾਪੀ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਰੱਖਿਆ ਸੀ ਆਪਣੇ ਨਾਲ। ਇਹ ਘਰ ਅੱਜ ਵੀ ਮੌਜੂਦ ਹੈ। ਕੰਧਾਂ ਦੀ ਰਿਪੇਅਰ ਕਰ ਦਿੱਤੀ ਗਈ, ਅੰਦਰ ਪਿਛਲੀਆਂ ਕੰਧਾਂ ਉਹੀ ਨੇ, ਤੁਹਾਨੂੰ ਅੰਦਰ ਦਿਖਾਉਂਦੇ ਹਾਂ। ਇਹ ਹੈ ਜੀ ਉਹ ਪੁਰਾਤਨ ਘਰ, ਕਰੋ ਜੀ ਦਰਸ਼ਨ ਇਸ ਜਗ੍ਹਾ ਦੇ। ਇਹ ਜਿਹੜਾ ਤੁਸੀਂ ਕੰਧ ਦੇਖ ਰਹੇ ਹੋ ਇਹ ਨਵੀਂ ਕੰਧ ਹੈ, ਇਹ ਅੱਗੇ ਨੂੰ ਥੋੜ੍ਹਾ ਜਿਹਾ ਵਧਾ ਦਿੱਤਾ ਗਿਆ ਕਮਰਾ। ਪਹਿਲਾਂ ਕਹਿੰਦੇ ਛੋਟੇ ਕਮਰੇ ਹੁੰਦੇ ਸੀ, ਕਮਰਾ ਥੋੜ੍ਹਾ ਛੋਟਾ ਹੋਣਾ। ਪਿੱਛੇ ਵਾਲੀ ਕੰਧ ਬਿਲਕੁਲ ਪੁਰਾਣੀ ਹੈ, ਅਤੇ ਇਹ ਕੰਧ ਢਹਿ ਗਈ ਸੀ ਅੱਗੇ ਵਾਲੀ, ਢਹਿਣ ਤੋਂ ਬਾਅਦ ਨਵੀਂ ਬਣਾ ਦਿੱਤੀ ਗਈ, ਅਤੇ ਇਹ ਪੁਰਾਣੀ ਕੰਧ ਹੈ। ਇਹ ਦੇਖੋ ਤੁਸੀਂ ਰੋਸ਼ਨਦਾਨ ਬਣਾਏ ਹੋਏ ਹੈ ਪੁਰਾਣੇ, ਉਹੀ ਪੁਰਾਣਾ ਘਰ ਹੈ, ਉਹੀ ਪੁਰਾਣੀਆਂ ਕੰਧਾਂ। ਇਸ ਕਮਰੇ 'ਚ ਗੰਗੂ ਪਾਪੀ ਨੇ ਛਲ ਕਪਟ ਨਾਲ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਨੂੰ ਲਿਆਂਦਾ ਸੀ, ਇਸ ਘਰ ਦੇ ਵਿੱਚ ਰਹੇ ਸੀ ਉਹ ਇੱਕ ਰਾਤ। ਇਹ ਦੇਖੋ ਕੰਧਾਂ ਦੀ ਮੋਟਾਈ ਕਿੰਨੀ ਹੈ, ਰੋਸ਼ਨਦਾਨ ਇਸ ਤਰ੍ਹਾਂ ਦੇ ਹੁੰਦੇ ਸੀ ਪਹਿਲਾਂ। ਬਾਬਾ ਜੀ ਦੱਸਦੇ ਕਿ ਇਸ ਕੰਧ ਦੇ ਨਾਲ ਤੋਂ ਗਲੀ ਹੁੰਦੀ ਸੀ ਪਹਿਲਾਂ। ਬਾਕੀ ਇਹ ਵੀ ਨਵੀਂ ਗਲੀ ਬਣ ਗਈ ਹੋਈ ਹੈ, ਇਹ ਨਵੀਂ ਇਮਾਰਤ ਬਣ ਰਹੀ ਹੈ ਗੁਰਦੁਆਰਾ ਸਾਹਿਬ ਦੀ। ਬਾਕੀ ਹੋਰ ਜਾਣਕਾਰੀ ਬਾਬਾ ਜੀ ਤੋਂ ਲੈਂਦੇ ਹਾਂ। ਇਹ ਜਿਹੜਾ ਘਰ ਹੈ ਗੰਗੂ ਬ੍ਰਾਹਮਣ ਦਾ, ਇਸ ਦੀ ਜਿਹੜੀ ਅੱਗੇ ਵਾਲੀ ਕੰਧ ਹੈ ਉਹ ਤਾਂ ਰਿਪੇਅਰ ਕਰ ਦਿੱਤੀ ਗਈ ਹੈ। ਜਿਹੜੀ ਪੁਰਾਣੀ ਕੰਧ ਹੈ ਤੁਸੀਂ ਦੇਖ ਰਹੇ ਹੋ, ਇਹ
ਪੁਰਾਣੀ ਕੰਧ ਹੈ। ਤੁਸੀਂ ਕਿੰਨੇ ਕੁ ਸਮੇਂ ਤੋਂ ਇੱਥੇ ਸੇਵਾ ਸੰਭਾਲ ਦਾ ਕੰਮ? ਸਾਨੂੰ 12 ਸਾਲ ਹੋ ਗਏ ਜੀ, ਜਿਹੜੇ ਬਜ਼ੁਰਗ ਸਾਡੇ ਪਿੰਡ ਹੀ ਹੈ ਜੀ। ਅੱਛਾ ਜੀ। ਹਾਂ, ਪੁਰਾਤ ਨੇ, ਪਹਿਲਾਂ ਕਿਸੇ ਹੋਰ ਦੇ ਕੋਲ ਸੀ। ਠੀਕ ਹੈ। ਛੋਟਾ ਜਿਹਾ ਕਮਰਾ ਸੀ ਮੂਹਰੇ ਬਸ। ਹਾਂਜੀ। ਗੰਗੂ ਬ੍ਰਾਹਮਣ ਦੇ ਸਮੇਂ ਜਿਹੜੇ ਲੋਕ ਸੀ ਇੱਥੇ, ਕਹਿੰਦੇ ਉਹ ਇੱਥੋਂ ਫਿਰ ਚੱਲ ਗਏ ਸੀ ਪਿੰਡ ਛੱਡ ਕੇ। ਜਦੋਂ ਜੀ ਬਾਬਾ ਬੰਦਾ ਸਿੰਘ ਬਹਾਦਰ ਸਰੰਦ ਦਾ ਸੁਆਗਾ ਪੇ ਰਿਹਾ, ਉਹਨਾਂ ਨੇ ਇੱਟ ਦੀ ਇੱਟ ਖੜਕਾਈ ਹੈ। ਉਸ ਟਾਈਮ ਡਰਦੇ ਇਸ ਪਿੰਡ ਦੇ ਲੋਕ ਚਲੇ ਗਏ ਛੱਡ ਕੇ, ਖਾਲੀ ਕਰ ਗਏ। ਉਸ ਟਾਈਮ ਇਸ ਨਾਂ ਪਿੰਡ ਦਾ ਖੇੜੀ ਸੀ। ਖੇੜੀ। ਹਾਂ, ਜਦੋਂ ਨਵਾਂ ਪਿੰਡ ਵਸਿਆ, ਨਵੇਂ ਲੋਕ ਆਏ ਆ, ਫਿਰ ਉਹਨਾਂ ਨੇ ਸੇਹੜੀ ਰੱਖਿਆ। ਅੱਛਾ ਜੀ, ਬਾਅਦ 'ਚ ਪਿੰਡ ਦਾ ਨਾਮ ਸੇਹੜੀ ਹੋਇਆ, ਇਹਦਾ ਮਤਲਬ ਪਹਿਲਾਂ ਖੇੜੀ ਸੀ ਪਿੰਡ ਦਾ ਨਾਮ। ਠੀਕ ਹੈ ਬਾਬਾ ਜੀ, ਜਾਣਕਾਰੀ ਦੇ ਵਾਹਿਗੁਰੂ ਜੀ। ਇਹ ਸੀ ਗੰਗੂ ਬ੍ਰਾਹਮਣ ਦਾ ਘਰ। ਸਾਡੀ ਕੋਸ਼ਿਸ਼ ਹੁੰਦੀ ਕਿ ਤੁਹਾਡੇ ਤੱਕ ਸਹੀ ਅਤੇ ਸਟੀਕ ਜਾਣਕਾਰੀ ਪਹੁੰਚ ਸਕੇ। ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਲਾਈਕ ਅਤੇ ਸ਼ੇਅਰ ਕਰ ਦਿਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਕੋਲ ਪਹੁੰਚ ਸਕੇ। ਧੰਨਵਾਦ ਜੀ।